ਸਾਡੇ ਆਉਣ ਦਾ ਇੱਥੇ ਮਕਸਦ ਆ ਅਸੀਂ ਜਗਾਉਣ ਦੇ ਐਸਡੀਐਮ ਸਾਹਿਬ ਕੋਲੇ ਮੰਗ ਪੱਤਰ ਦੇਣ ਆਏ ਆ ਕਿ ਪਿਛਲੇ ਦਿਨੀ ਜਗਾਉਣ ਦੀ ਜਨਤਾ ਤਰਾ ਤਰਾ ਕਰਦੀ ਮੇਰੇ ਕੋਲੇ ਆ ਰਹੀ ਆ ਜਿਹੜਾ ਸਰਕਾਰੀ ਰਾਸ਼ਨ ਆ ਉਹ ਪ੍ਰਾਈਵੇਟ ਨੁਮਾਇੰਦਿਆਂ ਦੇ ਘਰ ਜਾ ਰਹੇ ਆ ਤੇ ਪ੍ਰਾਈਵੇਟ ਨੁਮਾਇੰਦੇ ਆਪਣੇ ਚਹੇਤਿਆਂ ਨੂੰ ਦੇ ਰਹੇ ਆ ਤੇ ਲੋੜਵੰਦਾਂ ਦੇ ਘਰ ਰਾਸ਼ਨ ਦੀ ਵਿਤਰਤ ਫੰਡ ਨਹੀਂ ਹੋ ਰਹੀ ਪੂਰੀ ਤਰ੍ਹਾਂ ਜਿਸ ਕਰਕੇ ਮੇਰੇ ਕੋਲ ਸਮੇਂ ਸਮੇਂ ਤੇ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ ਅੱਜ ਅਸੀਂ ਮੰਗ ਪੱਤਰ ਦੇਣ ਆਏ ਆ ਐਸਡੀਐਮ ਸਾਹਿਬ ਨੂੰ ਵੀ ਉਹਦੀ ਜਾਂਚ ਕਰਵਾਈ ਜਾਵੇ ਵੀ ਕਿਵੇਂ ਇੱਕ ਸਰਕਾਰੀ ਅਧਿਕਾਰੀ ਪ੍ਰਾਈਵੇਟ ਬੰਦੇ ਦੇ ਘਰ ਰਾਸ਼ਨ ਵੰਡ ਕੇ ਪ੍ਰਾਈਵੇਟ ਬੰਦਾ ਅੱਗੇ ਕਿਉਂ ਵੰਡ ਰਿਹਾ ਰਾਸ਼ਨ ਸਭ ਤੋਂ ਪਹਿਲੀ ਤਾਂ ਅਸੀਂ ਬਣਦੀ ਕਾਰਵਾਈ ਉਹ 'ਤੇ ਕਰਾਂਗੇ ਉਹ ਸਰਕਾਰੀ ਅਧਿਕਾਰੀ 'ਤੇ ਜਿਹੜਾ ਪ੍ਰਾਈਵੇਟ ਬੰਦੇ ਨੂੰ ਰਾਸ਼ਨ ਦੇ ਰਿਹਾ ਦੂਜੀ ਕਾਰਵਾਈ ਅਸੀਂ ਇਹ ਕਰਾਂਗੇ ਵੀ ਜਿਹੜਾ ਪ੍ਰਾਈਵੇਟ ਬੰਦੇ ਦੇ ਘਰ ਸਰਕਾਰ ਤੋਂ ਜਾਂਦਾ ਉਹਨੇ ਚੋਰੀ ਕੀਤਾ ਰਾਸ਼ਨ ਨਹੀਂ ਚੋਰੀ ਕੀਤਾ ਤਾਂ ਉਹਦੇ ਕਿੱਥੋਂ ਆਇਆ ਅਸੀਂ ਉਹ 'ਤੇ ਕਾਨੂੰਨੀ ਕਾਰਵਾਈ ਕਰਾਂਗੇ।